السلام عليكم. ਦੇਖ ਲਓ ਅਗਲੇ ਮੋਟਰਸਾਈਕਲ ਦੇ ਬੰਦੇ ਗੱਲ ਕਰਦਾ ਜਾ ਰਿਹਾ। ਇਸ ਤੋਂ ਆਪਦਾ ਧਿਆਨ ਨਾਲ ਚਲਾਓ, ਟ੍ਰੈਫਿਕ ਤੋਂ ਬਚੋ, ਜਿੱਥੇ ਮੋੜਾ ਨਾਕਾ ਹੈ ਉੱਥੇ ਰੁਕੋ, ਇਸ਼ਾਰੇ 'ਤੇ ਰੁਕਣਾ ਚਾਹੀਦਾ, ਰੁਕੋ, ਆਪਦਾ ਜਿੰਨੀ ਅਹਿਤਿਆਤ ਹੋ ਸਕੇ ਉਨੀ ਅਹਿਤਿਆਤ ਕਰੋ, ਕਿਉਂਕਿ ਅਹਿਤਿਆਤ ਨਾਲ ਜਿੰਨੀ ਆਪਾਂ ਅਹਿਤਿਆਤ ਕਰਾਂਗੇ ਨਾ ਆਪਣਾ ਹੀ ਫਾਇਦਾ ਹੈ। ਆਪਾਂ ਜਦੋਂ ਪੁਲਿਸ ਵਾਲਿਆਂ ਨੂੰ ਕਹਿੰਦੇ ਹਾਂ ਕਿ ਪੁਲਿਸ ਵਾਲੇ ਆਪਾਂ ਨੂੰ ਜਿੱਦਾਂ ਕਹਿੰਦੇ ਹਾਂ ਕਿ ਪੁਲਿਸ ਵਾਲੇ ਆ ਆਪਾਂ ਕੋਲ ਪੈਸੇ ਲੈ ਲੈਂਦੇ, ਪੁਲਿਸ ਵਾਲੇ ਕੁਛ ਨਹੀਂ ਕਰਦੇ, ਉਹ ਆਪਣੀ ਹਫਾਜ਼ਤ ਕਰਨ ਲਈ ਖੜ੍ਹੇ ਹੁੰਦੇ ਆ। ਇਸ ਤੋਂ ਬਾਅਦ ਮੁਹਾਫਿਜ਼ ਕਹਿੰਦੇ ਆ, ਆਪਣੀ ਹਫਾਜ਼ਤ ਕਰਦੇ ਆ, ਉਹਨਾਂ ਨੂੰ ਬੁਰਾ ਭਲਾ ਲੱਗਾ, ਉਹ ਤੁਹਾਡੇ ਚੰਗੇ ਲਈ ਸੋਚਦੇ ਆ, ਕਿਉਂਕਿ ਉਹ ਕਹਿੰਦੇ ਆ ਕਿ 60 ਦੀ ਸਪੀਡ ਤੋਂ ਤਾਂ ਮੋਟਰਸਾਈਕਲ ਨਾ ਚਲਾਓ। ਆਪਾਂ ਉਹਨਾਂ ਨੂੰ ਗੰਦਾ ਕਹਿੰਦੇ ਹਾਂ, ਆਪਣੀ ਘਟੀਆ ਸੋਚ ਆ, ਉਹਨਾਂ ਨੂੰ ਗੰਦਾ ਨਹੀਂ ਕਹਿਣਾ ਚਾਹੀਦਾ। ਜਿਹੜੇ ਗੰਦਾ ਕਹਿੰਦੇ ਆ ਉਹਨਾਂ ਦੇ ਮੈਂ ਮੂੰਹ 'ਤੇ ਲਾਨਤ ਦਿੰਦਾ, ਉਹਨਾਂ ਨੂੰ ਲਾਨਤ ਪੇਸ਼ ਕਰਦਾ, ਕਿਉਂਕਿ ਪੁਲਿਸ ਵਾਲੇ ਆਪਣੇ ਮੁਹਾਫਜ਼ ਦਾ ਮੁਹਾਫਜ਼ ਨੂੰ ਕਦੀ ਗੰਦਾ ਨਹੀਂ ਕਹਿਣਾ ਚਾਹੀਦਾ। ਸ਼ੁਕਰੀਆ, ਮੈਂ ਤੁਹਾਨੂੰ ਇਹ ਗੱਲ ਦੱਸਣ ਲਈ ਕੀਤਾ ਸੀਗਾ।